ਭਾਬੀ ਤੁਹਾਨੂੰ ਔਖਾ ਨਹੀਂ ਲੱਗਦਾ ਜਿਵੇਂ ਹੁਣ ਤੁਹਾਨੂੰ ਇੰਨੇ ਸਾਲ ਹੋ ਗਏ ਨਾ, ਜੇ ਮਤਲਬ 2 ਮਹੀਨੇ ਵੀ ਵੀਰਾ ਆਵੇ ਤਾਂ ਜ਼ਿੰਦਗੀ 'ਚ ਕਿੰਨੇ ਤੁਸੀਂ ਵੱਧ ਤੋਂ ਵੱਧ 2 ਜਾਂ 2.5 ਸਾਲ ਹੁਣ ਤੱਕ ਇਕੱਠੇ ਬਿਤਾਏ ਹੋਣਗੇ ਨਾ, ਅਤੇ ਇਹ ਚੀਜ਼ ਦੀ ਔਖ ਨਹੀਂ ਮਹਿਸੂਸ ਹੁੰਦੀ? ਕਿਉਂਕਿ ਹੁਣ ਤਾਂ ਮਤਲਬ ਅੱਗੇ ਹੁੰਦਾ ਸੀ ਵੀ ਬਹੁਤ ਵੱਡੇ ਪਰਿਵਾਰ ਹੁੰਦੇ ਸੀ, ਜੇ ਇੱਕ ਬੰਦਾ ਘਰੇ ਨਹੀਂ ਤਾਂ ਤੁਸੀਂ ਦੂਜੇ ਨੂੰ ਕੋਈ ਕੰਮ ਕਹਿ ਦਿੰਦੇ ਹੋ ਨਾ। ਹੁਣ ਤੁਸੀਂ ਦੇਖਦੇ ਵੀ ਸਾਰਾ ਕੁਛ ਇਕੱਲੇ ਹੋ, ਬੱਚੇ ਵੀ ਨੇ 2, ਉਹਨਾਂ ਦਾ ਵੀ ਸਕੂਲ ਆ, ਆਂਟੀ ਨੂੰ ਵੀ ਦੇਖਣਾ, ਮਤਲਬ ਇਹ ਚੀਜ਼ 'ਚ ਤੁਹਾਨੂੰ ਤੰਗੀ ਨਹੀਂ ਹੁੰਦੀ? ਤੰਗੀ ਪਹਿਲਾਂ ਪਹਿਲਾਂ ਹੁੰਦੀ ਸੀਗੀ, ਫਿਰ ਉਵੇਂ ਆਦਤ ਬਣ ਗਈ ਹੈ ਨਾ। ਅਤੇ ਦੂਸਰੀ ਗੱਲ ਇਹ ਆ ਕਿ ਮੇਰੀਆਂ ਨਣਦਾਂ ਨੇ 2 ਤੇ ਨੇ, ਮੈਂ ਮਤਲਬ ਜਦ ਮਰਜ਼ੀ ਫੋਨ ਕਰਦਾ ਉਹਨੂੰ, ਜਿਹਦੀ ਹਾਜ਼ਰ ਹੁੰਦੀਆਂ ਨੇ ਉਹ, ਕੋਈ ਆਏ ਨਹੀਂ ਹੈਗਾ ਵੀ ਸਾਤੋਂ ਆ ਨਹੀਂ ਹੁੰਦਾ ਜਾਂ ਹੈ ਨਾ, ਉਹਨਾਂ ਦੀ ਮੈਨੂੰ ਬਹੁਤ ਸਪੋਰਟ ਆ। ਉਹਨਾਂ ਕਰਕੇ ਵੀ ਇਹਨਾਂ ਦਾ ਜਾਣਾ ਮੈਨੂੰ ਇੰਨਾ ਔਖਾ ਨਹੀਂ ਲੱਗਦਾ ਹੈਗਾ। ਮੈਨੂੰ ਐਂ ਹੁੰਦਾ ਵੀ ਕੋਈ ਨਾ ਵੀ ਉਹ ਹੈਗੇ ਨੇ ਮੇਰੇ ਕੋਲ, ਵੀ ਜਦੋਂ ਵੀ ਮੈਨੂੰ ਕੋਈ ਦੁੱਖ ਤਕਲੀਫ ਹੋਊਗੀ ਤਾਂ ਉਹ ਮੇਰੇ ਨਾਲ ਆ ਕੇ ਖੜ੍ਹ ਜਾਂਦੇ ਨੇ, ਮੈਨੂੰ ਲੈ ਜਾਂਦੇ ਨੇ। ਬੀਬੀ ਬਿਮਾਰ ਹੁੰਦੇ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਫੋਨ ਕਰਦੀ ਹਾਂ, ਬੀਬੀ ਬਿਮਾਰ ਨੇ ਹੈ ਨਾ। ਹੁਣ ਪਿੱਛੇ ਜਿਹੇ ਬੀਬੀ ਨੂੰ ਕਰੋਨਾ ਹੋ ਗਿਆ ਸੀਗਾ, ਬਹੁਤ ਬਿਮਾਰ ਰਹੇ ਨੇ, ਅਤੇ ਮੈਂ ਉਹਨਾਂ ਨੂੰ ਫੋਨ ਕੀਤਾ, ਫਿਰ ਉਹੀ ਲੈ ਗਏ ਨੇ ਬੀਬੀ ਨੂੰ, 15-20 ਦਿਨ ਉਹਨਾਂ ਕੋਲ ਰਹੇ ਨੇ, ਉਹਨਾਂ ਨੇ ਕੇਅਰ ਕੀਤੀ ਆ, ਜਾਣੀ ਡਾਕਟਰ ਨੇ ਜਵਾਬ ਦਿੱਤਾ ਸੀਗਾ, ਇੱਕ ਉਹਨਾਂ ਦੀ ਕੇਅਰ ਕਰਕੇ ਸਾਨੂੰ ਸਾਡੀ ਮਾਤਾ ਦੁਬਾਰਾ ਮਿਲੀ ਆ। ਵਧੀਆ ਫੈਮਿਲੀ ਆ ਸਾਰੀ ਮੇਰੀ, ਜਾਣੀ ਬਹੁਤ ਪਿਆਰ ਮਿਲਿਆ ਇੱਧਰਲੀ ਫੈਮਿਲੀ ਤੋਂ ਮੈਨੂੰ। 2 ਤੇ ਨੇ ਸਾਡੇ ਬਹੁਤ ਪਿਆਰ ਕਰਦੇ ਨੇ, ਨਣਦਾਂ ਨੇ ਮੇਰੀਆਂ ਬਹੁਤ ਪਿਆਰ ਕਰਦੀਆਂ ਨੇਗੀਆਂ, ਵਧੀਆ ਨੇ ਸਾਰੇ, ਬਹੁਤ ਪਿਆਰੇ ਨੇ ਸਾਰੇ। ਕੋਈ ਸਹੁਰਿਆਂ ਵਾਲੀ ਤੰਗੀ ਤਾਂ ਨਹੀਂ ਆਈ ਵੀ? ਨਹੀਂ ਨਹੀਂ ਨਹੀਂ, ਕੋਈ ਵੀ ਨਹੀਂ, ਨਾ ਬਿਲਕੁਲ ਵੀ ਨਹੀਂ, ਕੋਈ ਤੰਗੀ ਨਹੀਂ ਹੈਗੀ ਕਿਸੇ ਪਾਸਿਓਂ, ਕਿਤੇ ਆਉਣ ਜਾਣ ਦੀ, ਕੋਈ ਕੱਪੜਾ ਲੀੜਾ ਪਾਉਣ ਦੀ, ਕਰਨ ਦੀ, ਕੋਈ ਤੰਗੀ ਨਹੀਂ ਹੈਗੀ, ਪੂਰੀ ਆਜ਼ਾਦੀ ਆ। ਵੀਰੇ ਤੁਹਾਨੂੰ ਨਹੀਂ ਔਖਾ ਲੱਗਦਾ ਅਲੱਗ ਰਹਿਣਾ ਪਰਿਵਾਰ ਨਾਲ? ਕਿਉਂਕਿ ਬਹੁਤੇ ਲੋਕ ਤਾਂ ਕਹਿ ਦਿੰਦੇ ਆ ਨਾ ਵੀ ਜਿਵੇਂ ਬੱਚੇ ਵੱਡੇ ਹੋ ਰਹੇ ਨੇ, ਹੈ ਨਾ, ਵੀ ਬੱਚਿਆਂ ਦਾ ਫਿਰ ਪਿਓ ਨਾਲ ਮੋਹ ਨਹੀਂ ਰਹਿੰਦਾ, ਜਿਹੜਾ ਬੰਦਾ ਦੂਰ ਰਹਿੰਦਾ ਸ਼ਾਇਦ ਉਹਦਾ ਉਨਾ ਮੋਹ ਆਪਣੇ ਪਰਿਵਾਰ 'ਚ ਵੀ ਨਹੀਂ ਪੈਂਦਾ, ਪਰਿਵਾਰ ਦਾ ਵੀ ਨਹੀਂ ਪੈਂਦਾ। ਇਹ ਚੀਜ਼ ਤੁਹਾਨੂੰ ਤਾਂ ਨਹੀਂ ਲੱਗਦੀ? ਨਹੀਂ ਭੈਣ, ਐਵੇਂ ਨਹੀਂ ਹੁੰਦਾ। ਆਪਾਂ ਕਿਹੜੇ ਹਿਸਾਬ ਨਾਲ ਬੱਚਿਆਂ ਨਾਲ ਟੱਚ ਰਹਿੰਦੇ ਹਨ, ਉਹ ਮੈਟਰ ਕਰਦਾ ਹੁੰਦਾ। ਜਵਾਕ ਨੇ ਇੱਥੇ ਆ ਕੇ ਮੈਂ ਬਹੁਤ ਟਾਈਮ ਦਿੰਦਾ ਉਹਨਾਂ ਨੂੰ, ਬੇਟਾ ਹੈ ਜਿਵੇਂ ਉਦਣ ਵੀ ਨਾਲ ਗਏ ਸੀਗੇ, ਹੈ ਨਾ, ਵੀ ਸਾਰੇ ਕਿਤੇ ਨਾਲ ਲੈ ਕੇ ਜਾਣਾ ਉਹਨਾਂ ਨੂੰ। ਫੋਨ 'ਤੇ ਵੀ ਗੱਲ ਕਰਦੇ ਨੇ, ਜਦੋਂ ਫੋਨ ਕਰਦੇ ਨੇ ਕਦੇ ਐਂ ਨਹੀਂ ਹੋਇਆ ਵੀ ਹਾਂ ਮੇਰੇ ਨਾਲ ਗੱਲ ਕਰਕੇ ਜਾਂ ਫੋਨ ਕੱਟਤਾ, ਬੱਚਿਆਂ ਨਾਲ ਵੀ ਗੱਲ ਕਰਦੇ ਨੇ ਉਹਨਾਂ ਨੂੰ, ਉਹ ਵੀ ਗੱਲ ਕਰਦੇ ਨੇ। ਕੋਈ ਉਹਨਾਂ ਨੂੰ ਕੰਮ ਹੁੰਦਾ ਕੋਈ ਵੀ, ਜਿਹੜੀ ਗੱਲ ਪਾਪਾ ਨੂੰ ਕਹਿਣੀ ਉਹਨਾਂ ਨੇ ਫੋਨ ਲਾ ਲੈਣਾ, ਇਹਨਾਂ ਨੂੰ ਦੱਸ ਦੇਣੀ ਆ ਪਾਪਾ ਕੰਮ ਆ ਜਾਏ ਗੱਲ, ਉਹਨਾਂ ਕਹਿਣਾ ਕੋਈ ਨਾ ਮੰਮਾ ਨੂੰ ਕਹਿ ਦਿਓ ਜਾਂ ਵੀਰਿਆਂ ਨੂੰ ਫੋਨ ਕਰ ਲਿਓ, ਫਿਰ ਉਹ ਭੂਜੀ ਉਹਨਾਂ ਨੂੰ ਫੋਨ ਕਰ ਲੈਂਦੇ ਨੇ, ਇੱਦਾਂ ਕਰਕੇ। ਔਖਾ ਨਹੀਂ ਲੱਗਦਾ ਹੈਗਾ, ਬਾਕੀ ਔਖਾ ਤਾਂ ਲੱਗਦਾ ਹੁੰਦਾ ਭੈਣੇ ਵੀ ਜੇ ਆਪਾਂ ਨੂੰ ਘਰੋਂ ਕੋਈ ਕੰਪਲੇਂਟ ਜਾਈ ਜਾਵੇ, ਹੈ ਨਾ, ਜਾਂ ਘਰੇ ਕੋਈ ਔਖ ਹੋਵੇ। ਹੁਣ ਭੈਣ ਹੋਣੀ ਨੇ, ਭਾਣਜੇ ਨੇ, ਇੱਕ ਸਾਡਾ ਆਲਾ ਦੁਆਲਾ ਜਿਹੜੇ ਆ ਸਾਰੇ ਆਲੇ ਦੁਆਲੇ ਘਰ ਨੇ ਨਾ, ਇਹ ਸਾਨੂੰ ਉੱਪਰੇ ਨਹੀਂ ਹੈਗੇ, ਸਾਰੇ ਸਾਡੇ ਆਪਣੇ ਹੀ ਨੇ। ਅੱਧੀ ਰਾਤ ਹਾਕ ਮਾਰ ਦਿਓ ਇੱਥੇ ਹੁੰਦੇ ਨੇ ਇਹ, ਇਹਨਾਂ ਦੇ ਸਿਰ 'ਤੇ ਬੇਫਿਕਰੀ ਆ, ਮੈਨੂੰ ਸਾਰਿਆਂ ਦੇ ਸਿਰ ਦੇ ਉੱਤੇ ਬੇਫਿਕਰੀ ਹੋਊ ਜਿਹੜੀ ਆਪਾਂ ਨੂੰ ਬਾਹਰ ਰੱਖਦੀਆਂ। ਨਹੀਂ ਔਖਾ ਲੱਗੇ, ਪਰਿਵਾਰ ਨਾਲੋਂ ਪਰੇ ਰਹਿਣਾ ਕੁਛ ਟਾਈਮ ਲਈ ਲੱਗਦਾ ਹੁੰਦਾ, ਪਰ ਜਦੋਂ ਆਪਾਂ ਨੂੰ ਲੱਗੇ ਨਾ ਵੀ ਪਿੱਛੇ ਸਾਰਾ ਠੀਕ ਆ, ਹੈ ਨਾ, ਫਿਰ ਨਹੀਂ ਇੰਨਾ ਔਖਾ ਲੱਗਦਾ ਹੈਗਾ। ਫਿਰ ਤਾਂ ਆਪਾਂ ਚਲੋ ਇਹ ਹੁੰਦਾ ਵੀ ਕਮਾਈ ਕਰਨ ਆਏ ਹੋਏ ਹਾਂ, ਕੋਈ ਵਿਆਹ ਸ਼ਾਦੀ ਹੁੰਦੀ ਹੈ, ਕੋਈ ਦੁੱਖ ਤਕਲੀਫ ਹੁੰਦੀ ਹੈ, ਉਦੋਂ ਜ਼ਰੂਰ ਯਾਦ ਆਉਂਦਾ ਹੈ। ਨਹੀਂ ਨਹੀਂ ਕੋਈ ਨਹੀਂ, ਪਿੱਛੋਂ ਸਾਰੇ ਸੌਖੇ ਨੇ, ਸਾਰੇ ਠੀਕ ਨੇ, ਹੈ ਨਾ, ਫਿਰ ਨਹੀਂ ਇੰਨਾ ਲੱਗਦਾ ਹੈਗਾ। 10-11 ਮਹੀਨੇ ਹੁੰਦੇ ਨੇ ਲੰਘ ਜਾਂਦੇ ਨੇ, ਥੋੜ੍ਹੇ ਜਿਹੇ ਜੋ ਜਾਂਦੇ ਨੇ, 2 ਕੁ ਮਹੀਨੇ ਉਦਾਸੀ 'ਚ ਲੰਘ ਜਾਂਦੇ ਨੇ। 8 ਕੁ ਮਹੀਨੇ ਹੁੰਦੇ ਨੇ ਜਿਹੜੇ ਉਹ ਵੇਟ ਕਰਨ 'ਚ ਲੰਘ ਜਾਂਦੇ ਨੇ ਵੀ ਚਲੋ 2 ਲੰਘੇ, 3 ਲੰਘੇ, ਆ ਜਾਣਗੇ ਹੁਣ ਤਾਂ, ਇੱਦਾਂ ਹੀ ਬਸ ਟਾਈਮ ਪਾਸ ਹੋ ਜਾਂਦਾ ਨਾ। ਨਹੀਂ ਪਰ ਜਿਵੇਂ ਤੁਸੀਂ ਕਹਿੰਦੇ ਸੀ ਵੀ ਜਦੋਂ ਕਰੋਨਾ ਟਾਈਮ ਲੋਕਡਾਊਨ ਹੋਇਆ ਨਾ, ਉਦੋਂ ਵੀਰਾ 2 ਹੁਣ 2.5 ਸਾਲ ਬਾਅਦ ਆਇਆ। ਹਾਂਜੀ, ਹੁਣ 2 ਸਾਲ ਮਗਰੋਂ ਆਏ ਨੇ। ਇਹ ਤਾਂ ਫਿਰ ਬਹੁਤ, ਇਹ 2 ਸਾਲ ਤਾਂ ਬਹੁਤ ਔਖੇ ਕੱਢੇ ਨੇ, ਇਹ 2 ਸਾਲ ਤਾਂ ਬਹੁਤ ਔਖੇ ਲੰਘੇ ਨੇ। ਇਹ ਤਾਂ ਚਲੋ ਸਾਰੀ ਦੁਨੀਆ ਸਟਕ ਸੀਗੀ, ਹੁਣ ਤਾਂ ਅਸੀਂ ਖੁਦ ਕਹਿੰਦੇ ਸੀ ਵੀ ਆ ਜਾਓ ਹੁਣ ਤਾਂ, ਚਾਹੇ ਕੰਮ ਛੱਡ ਕੇ ਜਾਣਾ ਪਵੇ ਵੀ ਆ ਜਾਓ ਹੁਣ ਤਾਂ, ਵੀ ਬਹੁਤ ਟਾਈਮ ਹੋ ਗਿਆ ਤੁਹਾਨੂੰ। ਬੱਚੇ ਵੀ ਬਹੁਤ ਉਦਾਸ ਸੀਗੇ, ਹੁਣ ਉਹ ਵੀ ਕਹਿੰਦੇ ਸੀ ਪਾਪਾ ਆ ਜਾਓ ਹੁਣ ਤਾਂ ਤੁਸੀਂ। ਕਿਉਂਕਿ ਮਤਲਬ ਹਰੇਕ ਉਮਰ 'ਚ ਨਾ ਤੁਹਾਨੂੰ ਕਿਸੇ ਦੀ ਵੀ ਜ਼ਰੂਰਤ ਸ਼ਾਇਦ ਘੱਟ ਮਹਿਸੂਸ ਹੁੰਦੀ ਆ, ਪਰ ਹਮਸਫ਼ਰ ਦੀ ਤਾਂ ਹਾਂਜੀ ਹਾਂ ਹਮੇਸ਼ਾ ਹੁੰਦੀ ਆ। ਕਈ ਵਾਰੀ ਤੁਸੀਂ ਇੰਨੀ ਉਦਾਸੀ 'ਚ ਹੁੰਦੇ ਹੋ ਤਾਂ ਤੁਹਾਨੂੰ ਆਪਣਾ ਅੰਦਰ ਖਾਲੀ ਕਰਨ ਲਈ ਜ਼ਰੂਰਤ ਹੁੰਦੀ ਹੈ ਨਾ, ਕਈ ਵਾਰ ਤੁਹਾਨੂੰ ਖੁਸ਼ੀ ਵੀ ਹੁੰਦੀ ਆ ਤਾਂ ਤੁਹਾਨੂੰ ਉਹ ਵੀ ਸਾਂਝੀ ਕਰਨ ਲਈ ਜ਼ਰੂਰਤ ਆ। ਮਤਲਬ ਬਹੁਤ ਘੱਟ ਰਿਸ਼ਤੇ ਨੇ ਹਾਂ ਜਿਹੜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੇ ਸਾਡੇ ਕੋਈ ਭਰਾ ਫੌਜ 'ਚ ਨੇ, ਹੈ ਨਾ, ਵੀ ਉਹਨਾਂ ਦੇ ਪਰਿਵਾਰਾਂ ਦੀ ਅਸੀਂ ਤਾਂ ਹੀ ਇੰਨੀ ਫਿਕਰ ਕਰਦੇ ਹਾਂ ਕਿਉਂਕਿ ਹਮੇਸ਼ਾ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਵੀ ਨਾਲ ਨਹੀਂ ਹੁੰਦਾ। ਅਤੇ ਜਿਵੇਂ ਤੁਹਾਡਾ ਰਿਸ਼ਤਾ, ਇਹਦੇ 'ਚ ਵੀ ਮੈਨੂੰ ਲੱਗਦਾ ਵੀ ਇਹ ਗੈਪ ਸੱਚੀ ਮੈਂ ਤਾਂ ਨਹੀਂ ਇਮੈਜਿਨ ਕਰ ਸਕਦੀ ਆਪਣੀ ਲਾਈਫ 'ਚ ਵੀ, ਮਤਲਬ ਇੱਕ ਬੰਦਾ ਘਰੋਂ ਗਿਆ ਅਤੇ ਹੁਣ ਉਹਨੂੰ ਅਸੀਂ 1-1.5 ਸਾਲ ਬਾਅਦ ਦੇਖਾਂਗੇ, ਹੈ ਨਾ। ਨਹੀਂ ਭੈਣੇ, ਮੈਂ ਵੀ ਟਰਾਈ ਕਰਦਾ ਆਹ 1-2 ਸਾਲਾਂ ਦੇ ਵਿੱਚ ਵਿੱਚ ਹੀ, ਹੈ ਨਾ, ਵੀ ਇੱਥੇ ਹੀ ਕਿਤੇ ਹੋਵਾਂ। ਮੈਨੂੰ ਪਹਿਲਾਂ ਤੋਂ ਵੀ ਇਹ ਰਿਹਾ ਵੀ ਜਦੋਂ ਜਵਾਕ ਵੱਡੇ ਹੋਣ ਲੱਗ ਜਾਣ ਉਦੋਂ ਮੈਂ ਉਹਨਾਂ ਕੋਲ ਹੋਵਾਂ, ਆਹ ਉਮਰ ਆ ਉਹਨਾਂ ਦੀ ਹੋਰ ਸਾਲ ਤੱਕ ਵੀ ਮੈਂ ਉਹਨਾਂ ਦੇ ਨਾਲ ਰਹਾਂ, 1-2 ਸਾਲ ਵੱਧ ਤੋਂ ਵੱਧ, ਅਤੇ ਮੈਂ ਕਰੂੰਗਾ ਟਰਾਈ। ਮੈਂ ਵੀ ਇੰਨਾ ਟਾਈਮ ਸੋਚਿਆ ਨਹੀਂ ਹੈਗਾ ਵੀ ਬਾਹਲਾ ਲੰਬਾ ਟਾਈਮ ਬਾਹਰ ਰਹਿਣ ਦਾ, ਬੰਦਾ
ਭਾਬੀ ਫਰਮੈਸ਼ਾਂ ਕਰਦੀ ਆ? ਨਹੀਂ ਕਦੇ ਵੀ ਨਹੀਂ, ਕੁਛ ਵੀ ਨਹੀਂ। ਸਗੋਂ ਤੇ ਫਰਮੈਸ਼ ਤੇ ਨਹੀਂ ਲਿਆਂਦੀ? ਨਹੀਂ, ਇਹ ਕਿਸੇ ਨੇ ਗਿਫਟ ਹੀ ਦਿੱਤੀ ਸੀਗੀ। ਇਹ ਕੰਜੂਸ ਬਹੁਤ ਹੈ। ਅੱਛਾ, ਫਰਮੈਸ਼ ਫਰਮੂਸ਼ ਕਿੱਥੇ, ਜਮਾ ਹੀ ਨਹੀਂ। ਪਹਿਲਾ ਬੰਦਾ ਜਿਹੜਾ ਕਹਿ ਰਿਹਾ ਵੀ ਮੇਰੀ ਘਰ ਵਾਲੀ ਬਹੁਤ ਕੰਜੂਸ ਆ, ਹਨਾ? ਨਹੀਂ ਤਾਂ ਘਰ ਵਾਲੀ ਦੀ ਸ਼ਿਕਾਇਤ ਹੁੰਦੀ ਆ, ਘਰ ਵਾਲਾ ਬਹੁਤ ਕੰਜੂਸ ਆ, ਕੁਝ ਨਹੀਂ ਲਿਆ ਕੇ। ਨਹੀਂ ਤਾਂ ਉਲਟਾ ਸਾਡੇ ਤਾਂ ਜਦੋਂ ਮੈਂ ਲਿਆ ਕੇ ਦਿੱਤੀ ਆ, ਹਨਾ, ਪਹਿਲਾ ਕੁਐਸਚਨ ਸੀ ਕਿੰਨੇ ਪੈਸੇ ਖਰਚੇ ਨੇ ਇਹ ਤੇ। ਅੱਛਾ, ਹਾਂ, ਉਹ ਮਹਾ ਜਦੋਂ ਮੈਂ ਦੱਸਿਆ ਮਹਾ ਵੀ ਮੇਰੇ ਦੋਸਤ ਨੇ, ਉਹਨੇ ਕਿਸੇ ਨੇ ਗਿਫਟ ਲਿਆ ਦਿੱਤੀ ਆ। ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ, ਕੌਣ ਦਿੰਦਾ ਹੈ ਇਹ ਗਿਫਟ? ਇਹੋ ਜਿਹਾ ਗਿਫਟ ਨਹੀਂ, ਕੋਈ ਪੈਸੇ ਜ਼ਰੂਰ ਖਰਚੇ ਹੋਣਗੇ, ਤੁਸੀਂ ਹੈ ਹੀ ਨਹੀਂ ਜਿਹੜੇ ਨਾ ਪੈਸੇ ਖਰਚੋ। ਉਹ ਮੈਨੂੰ ਤਾਂ ਨਾ ਮੈਂ ਗਿਫਟ ਗੁਫਟ ਲਿਆ ਕੇ ਦਿੰਦਾ ਹੈਗਾ, ਉਹ ਇਹ ਹੁੰਦਾ ਵੀ ਬਾਅਦ ਦੇ ਵਿੱਚ ਕਲੇਸ਼ ਨਾ ਪੈ ਜਾਵੇ ਕਿਤੇ ਘਰੇ। ਨਹੀਂ ਦਿੱਤਾ ਵੀ ਸੇਕੋ ਵੀ ਦੱਸ ਦੋ ਨਾ ਹੁਣ। ਆ ਜਾਈ ਉਹ ਤਾਂ ਕੋਈ ਨਹੀਂ ਮਿਲਿਆ ਗਿਫਟ ਇੱਕ, ਉਹ ਸੁਣੋ ਤੁਸੀਂ ਹੁਣ। ਮੈਂ ਨਾ ਸਾਡੀ ਵੈਡਿੰਗ ਵਰਸਰੀ ਬਰਥਡੇ ਸੀ, ਬਰਥਡੇ ਸੀ ਨਾ ਤੇਰਾ, ਮੈਂ ਉਹ ਵੀ ਭੁੱਲ ਗਿਆ, ਦੇਖ ਹੁਣ ਬਾਅਦ ਚ ਲੜੀ। ਇਹ ਤਾਂ ਬਰਥਡੇ ਸੀਗਾ ਨਾ, ਮੈਂ ਭੈਣ ਉਹਨਾਂ ਨੂੰ ਕਹਿ ਕੇ ਇਹਨੂੰ ਡਾਇਮੰਡ ਰਿੰਗ ਬਣਵਾਤੀ, ਇਹਨੂੰ ਨਹੀਂ ਦੱਸਿਆ। ਤੇ ਜਦੋਂ ਇਹਦਾ ਕੇਕ ਕੂਕ ਇੱਥੇ ਜਵਾਕ ਲੈ ਆਏ, ਹੈ ਨਾ, ਉੱਧਰੋਂ ਉਹਨਾਂ ਨੇ ਭੈਣ ਉਹਨਾਂ ਨੇ ਇਹਨੂੰ ਵੀਡੀਓ ਕਾਲ ਲਾ ਲਈ ਅਤੇ ਮੈਂ ਕਰ ਲਿਆ ਫੋਨ। ਬੀਬੀ ਨੇ ਮੰਗਵਾ ਲਈ, ਕਹਿੰਦੇ ਵੀ ਲਿਆਓ ਬਈ। ਉਹ ਆ ਕੇ ਬੀਬੀ ਨੂੰ ਫੜਾ ਗਏ, ਕਹਿੰਦੇ ਲਿਆ ਭਾਈ ਆਪਦੀ ਮੰਮੀ ਦਾ ਗਿਫਟ ਹੈ। ਕਹਿੰਦੀ ਮੈਂ ਸੋਚਿਆ ਵੀ ਕੋਈ ਸੂਟ ਵਗੈਰਾ ਹੋਊ ਬੀਬੀ ਨੂੰ ਲੈ ਕੇ। ਉਹ ਜਦ ਇਹਨੇ ਦੇਖੀ, ਇਹ ਸਾਨੂੰ ਤਾਂ ਵਕਤ ਪੈ ਗਿਆ, ਇਹਨੂੰ ਹਾਰਟ ਅਟੈਕ ਹੋ ਜਾਣਾ ਸੀਗਾ। ਹੋਰ ਉਹ ਮੈਂ ਕੰਧਾਂ ਨੂੰ ਹੱਥ ਲਾ ਲਏ, ਮਹਾਂ ਇਹਨੂੰ ਦੱਸ ਕੇ ਹੀ ਦੇ ਦਿਆ ਕਰਾਂਗੇ ਜਿਹੜਾ ਗਿਫਟ ਦੇਣਾ, ਅੱਗੇ ਨਹੀਂ ਕੋਈ ਸਰਪ੍ਰਾਈਜ਼ ਦੇਣਾ ਹੈਗਾ। ਰੋਣ ਲੱਗ ਗਈ, ਅੱਗੇ ਬਲੱਡ ਬਲੁੱਡ ਘੱਟ ਗਿਆ ਇਹਦਾ। ਮਹਾਂ ਦੱਸ ਇਹਨੂੰ ਕੀ ਗਿਫਟ ਦਊ ਬੰਦਾ। ਇਮੋਸ਼ਨਲ ਹੀ ਹੋ ਗਈ ਮੈਂ ਵੀ, ਹਾਏ ਮੈਂ ਇੰਨਾ ਜੋਗੀ ਹੈਗੀ, ਮੈਨੂੰ ਇੰਨਾ ਮਹਿੰਗਾ ਗਿਫਟ ਦਿੱਤਾ, ਇਹਨਾਂ ਨੇ ਇੰਨਾ ਵਧੀਆ ਗਿਫਟ ਦਿੱਤਾ, ਬਸ